ਗੱਡੀ 'ਚ ਜਾ ਰਹੇ ਇੱਕ ਪਰਿਵਾਰ ਦੇ ਨਾਲ ਭਾਣਾ ਵਾਪਰ ਗਿਆ ਜਦੋਂ ਗੱਡੀ ਦੀ ਟੱਕਰ ਜੇਸੀਬੀ ਦੇ ਨਾਲ ਹੋ ਜਾਂਦੀ ਹੈ। ਇਸ ਦੌਰਾਨ ਗੱਡੀ ਦੇ ਏਅਰ ਬੈਗ ਤੱਕ ਖੁੱਲ ਜਾਂਦੇ ਨੇ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਇਸ ਹਾਦਸੇ ਦੇ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ। ਇਹ ਹਾਦਸਾ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਵਾਪਰਿਆ ਜਦੋਂ ਗੱਡੀ ਅਤੇ ਜੇਸੀਬੀ ਮਸ਼ੀਨ ਦੇ ਵਿਚਾਲੇ ਇਹ ਭਿਆਨਕ ਟੱਕਰ ਹੋ ਜਾਂਦੀ ਹੈ। ਦਰਅਸਲ ਤਰਨ ਤਾਰਨ ਤੋਂ ਇੱਕ ਪਰਿਵਾਰ ਅੰਮ੍ਰਿਤਸਰ ਆ ਰਿਹਾ ਸੀ ਤੇ ਗੋਲਡਨ ਗੇਟ ਵਿਖੇ ਜੇਸੀਬੀ ਦੀ ਮਸ਼ੀਨ ਦੇ ਨਾਲ ਗੱਡੀ ਦੀ ਟੱਕਰ ਹੋ ਜਾਂਦੀ ਹੈ। ਟੱਕਰ ਇੰਨੀ ਭਿਆਨਕ ਸੀ ਕਿ ਬਰੀਜ਼ਾ ਗੱਡੀ ਮੌਕੇ ਤੇ ਪਲਟ ਜਾਂਦੀ ਹੈ। ਬਰੀਜ਼ਾ ਗੱਡੀ ਦੇ ਵਿੱਚ ਪਤੀ ਪਤਨੀ ਤੇ ਉਹਨਾਂ ਦੀ ਇੱਕ ਛੋਟੀ ਬੇਟੀ ਮੌਜੂਦ ਹੁੰਦੀ ਹੈ। ਹਾਦਸੇ ਦੌਰਾਨ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇਸ ਹਾਦਸੇ ਦੇ ਦੌਰਾਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ। ਇਸ ਦੌਰਾਨ ਗੱਡੀ ਦੇ ਏਅਰ ਬੈਗ ਤੱਕ ਖੁੱਲ ਜਾਂਦੇ ਨੇ। ਇਸ ਮੌਕੇ ਕਾਰ ਚਾਲਕ ਦਾ ਕਹਿਣਾ ਕਿ ਜੇਸੀਬੀ ਮਸ਼ੀਨ ਨੂੰ ਚਲਾ ਰਹੇ ਡਰਾਈਵਰ ਨੇ ਕਾਫੀ ਫੁੱਟ ਤੱਕ ਗੱਡੀ ਨੂੰ ਘੜੀਸਿਆ। ਕਾਰ ਚਾਲਕ ਦਾ ਕਹਿਣਾ ਕਿ 20 ਤੋਂ 30 ਦੀ ਸਪੀਡ ਤੇ ਉਹ ਗੱਡੀ ਚਲਾ ਰਿਹਾ ਸੀ, ਪਰ ਜੇਸੀਬੀ ਮਸ਼ੀਨ ਵਾਲਾ ਗਲਤ ਸਾਈਡ ਤੋਂ ਆ ਰਿਹਾ ਸੀ ਤੇ ਤੇਜ਼ ਰਫਤਾਰ ਲਿਆਣ ਕੇ ਉਸਦੀ ਗੱਡੀ ਦੇ ਵਿੱਚ ਆਪਣੀ ਜੇਸੀਬੀ ਮਸ਼ੀਨ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਕਾਰ ਚਾਲਕ ਨੇ ਜੇਸੀਬੀ ਮਸ਼ੀਨ ਦੇ ਡਰਾਈਵਰ ਤੋਂ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਫਿਲਹਾਲ ਇਸ ਮੌਕੇ ਮਾਹੌਲ ਕਾਫੀ ਤਣਾਅਪੂਰਨ ਅਤੇ ਗਰਮਾਉਂਦਾ ਬਣ ਗਿਆ, ਜਿਸ ਦੇ ਦੌਰਾਨ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ। ਫਿਲਹਾਲ ਇਹ ਤਸਵੀਰਾਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਸਾਹਮਣੇ ਆਈਆਂ ਨੇ, ਜਿੱਥੇ ਜੇਸੀਬੀ ਮਸ਼ੀਨ ਅਤੇ ਗੱਡੀ ਦੇ ਵਿਚਾਲੇ ਭਿਆਨਕ ਟੱਕਰ ਹੋ ਜਾਂਦੀ ਹੈ। ਇਸ ਦੌਰਾਨ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ, ਪਰ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇੱਥੋਂ ਜੇਸੀਬੀ ਵਾਲੇ ਨੇ ਇੱਕੋ ਦਮ ਇਹਨੇ ਮੋੜਿਆ, ਫਰੰਟ ਟਾਇਰ ਤੋਂ ਲੱਗੀ ਆ ਭਾਜੀ ਗੱਡੀ ਮੇਰੀ, ਔਰ ਮੇਰੀ ਗੱਡੀ ਪਲਟਾ ਦਿੱਤੀ, ਵਿੱਚ ਮੇਰੀ ਵਾਈਫ ਵਿੱਚ ਮੇਰੀ ਗੁੜੀਆ ਸੀਗੀ। ਅਸੀਂ 20 ਦੀ ਸਪੀਡ ਤੋਂ 22 ਦੀ ਸਪੀਡ ਤੋਂ ਪਲੱਸ ਨਹੀਂ ਸੀਗੇ, ਫਰੰਟ ਟਾਇਰ ਤੋਂ ਮਾਰੀ ਨਹੀਂ ਜ਼ੋਰ ਦੀ, ਸਾਡੀ ਗੱਡੀ ਅੱਧੀ ਪਲਟ ਗਈ ਸਾਡੀ ਸਾਈਡ। ਚਾਬੀ ਲੈਣਾ ਖੋਦਾ ਨਹੀਂ, ਚਾਬੀ ਲਾ ਲਓ।